ਤੁਹਾਡਾ ਸਾਰਿਆਂ ਦਾ ਟਰਬਲ ਲਵਰ ਯੂਟਿਊਬ ਚੈਨਲ ਉੱਤੇ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਨਵੇਂ ਅਪਡੇਟ ਦੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ 'ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਜੋ ਵੀਰ ਵੀਡੀਓ ਦੇਖ ਰਹੇ ਨੇ ਜੀ, ਬੇਨਤੀ ਹੈ ਜੀ, ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਅਤੇ ਅੱਜ ਆਪਾਂ ਵੀਰ ਤਰਸੇਮ ਜੱਸੜ ਵਰਗੀ ਪਟਿਆਲਾ ਸ਼ਹਿਰ ਪੱਗ ਬੱਟਣ ਵਾਲੀ ਦੀ ਵੀਡੀਓ ਲੈ ਕੇ ਆਏ ਹਾਂ ਜੀ। ਅਤੇ ਉਹਦੇ ਲਈ ਪੱਗ ਦੀ ਪਹਿਲਾਂ ਪੂਣੀ ਕਰ ਲੈਣੀ ਹੈ। ਪਹਿਲਾ ਲੜ ਸਿਰ ਦੇ ਬਿਲਕੁਲ ਸੈਂਟਰ ਰੱਖ ਕੇ ਪੇਜ ਦੇ ਵਿੱਚ ਬਲ ਪਾ ਕੇ ਲਗਾ ਦੇਣਾ ਹੈ। ਉਸ ਤੋਂ ਬਾਅਦ ਅਗਲਾ ਲੜ ਬਿਲਕੁਲ ਉੱਪਰ ਸਿਰ ਦੇ ਲਗਾਉਣਾ ਹੈ। ਸੈਂਟਰ ਦੇ ਵਿੱਚ ਇਕੱਲੇ ਇਕੱਲੇ ਬਲ ਨੂੰ ਇਕੱਠਾ ਕਰਕੇ ਹਲਕਾ ਜਿਹਾ ਦੱਬ ਕੇ ਲਗਾ ਦੇਣਾ ਹੈ। ਉਸ ਤੋਂ ਬਾਅਦ ਜੋ ਅਗਲਾ ਲੜ ਲਗਾਉਣਾ ਹੈ, ਜੋ ਪਹਿਲਾਂ ਲੜ ਲਗਾਇਆ ਸੀ ਉਹਦੇ ਬਿਲਕੁਲ ਥੱਲੇ ਰੱਖਣਾ ਹੈ। ਫਰੰਟ 'ਤੇ ਲਿਆ ਕੇ ਪੇਜ ਦੇ ਵਿੱਚ ਬਲ ਪਾ ਲੈਣੇ ਨੇ। ਇਕੱਲਾ ਇਕੱਲਾ ਬਲ ਨੂੰ ਇਕੱਠਾ ਕਰਕੇ ਨੇੜੇ ਕਰਕੇ ਲਗਾ ਲੈਣਾ ਹੈ, ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਜੋ ਅਗਲਾ ਲੜ ਲਗਾਉਣਾ ਹੈ, ਦੂਸਰੇ ਲੜ ਤੋਂ ਥੱਲੇ ਪੂਣੀ ਦਾ ਜੋ ਮੋਟਾ ਪਾਸਾ ਹੈ ਉਹ ਉੱਪਰਲੇ ਪਾਸੇ ਰੱਖਣਾ ਹੈ ਅਤੇ ਪਤਲਾ ਪਾਸਾ ਥੱਲੇ ਰੱਖਣਾ ਹੈ। ਪੂਣੀ ਦੇ ਵਿੱਚੋਂ ਬਲ ਕੱਢ ਕੇ ਉਹਨਾਂ ਨੂੰ ਇਕੱਲਾ ਇਕੱਲਾ ਕਰਕੇ ਬਿਲਕੁਲ ਨੇੜੇ ਲਿਆਉਣਾ ਹੈ। ਉਸ ਤੋਂ ਬਾਅਦ ਉਂਗਲੀ ਦੇ ਅੰਗੂਠੇ ਦੀ ਮਦਦ ਨਾਲ ਹਲਕਾ ਜਿਹਾ ਦੱਬ ਕੇ ਨੇੜੇ ਲਿਆਉਣਾ ਹੈ ਬਲਾਂ ਨੂੰ। ਜੋ ਵੀਰ ਵੀਡੀਓ ਦੇਖ ਰਹੇ ਨੇ ਜੀ, ਉਹਨਾਂ ਨੂੰ ਬੇਨਤੀ ਹੈ ਜੀ, ਜੋ ਪੱਗ ਦੀ ਲੈਂਥ ਹੈ 7 ਮੀਟਰ ਹੈ, ਪੱਗ ਦਾ ਜੋ ਕੱਪੜਾ ਫੁੱਲ ਵੈਲ ਕੱਪੜਾ ਹੈ, ਤਰਸੇਮ ਜੱਸੜ ਸਟਾਈਲ ਬਲਾਂ ਵਾਲੀ ਪੱਗ ਆ ਜੀ ਇਹ। ਉਸ ਤੋਂ ਬਾਅਦ ਜੋ ਅਗਲਾ ਲੜ ਲਗਾਉਣਾ ਹੈ, ਜੋ ਪਹਿਲਾਂ ਲੜ ਲੱਗੇ ਨੇ ਉਹਨਾਂ ਤੋਂ ਥੱਲੇ ਲਾਉਣਾ ਹੈ। ਫਰੰਟ 'ਤੇ ਲਿਆ ਕੇ ਪੇਜ ਦੇ ਵਿੱਚ ਬਲ ਪਾ ਕੇ ਸਿੰਪਲੀ ਹਲਕਾ ਜਿਹਾ ਦੱਬ ਕੇ ਲੜ ਨੂੰ ਲਗਾਉਣਾ ਹੈ।
ਬਾਜ ਦੀ ਮਦਦ ਦੇ ਨਾਲ ਜਿਗ ਤੋਂ ਜੋ ਆਪਾਂ ਪੇਚਾਂ ਦੇ ਵਿੱਚ ਬਲ ਪਾਏ ਨੇ ਜੇ ਕਿਤੇ ਢਿੱਲ ਰਹਿ ਜਾਂਦੀ ਆ ਤਾਂ ਬਾਜ ਦੀ ਮਦਦ ਨਾਲ ਉਹਨੂੰ ਆਪਾਂ ਠੀਕ ਕਰ ਦਾਂਗੇ। ਅਤੇ ਜੋ ਆਪਣਾ ਅਗਲਾ ਲੜ ਲਗਾਉਣਾ ਉਹਨੂੰ ਜਿਸ ਤਰ੍ਹਾਂ ਆਪਾਂ ਪਹਿਲੇ ਲੜ ਥੱਲੇ ਲਗਾਏ ਹੋਏ ਨੇ ਉਹਨੂੰ ਵੀ ਸਾਰੇ ਲੜਾਂ ਥੱਲੇ ਲਿਆਉਣਾ, ਇੱਧਰੋਂ ਅੱਖ ਤੱਕ ਪੂਰਾ ਲੜ ਖੋਲ੍ਹ ਲੈਣਾ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਤੱਕ ਪਹਿਲਾਂ ਆਪਾਂ ਲੜ ਲਗਾਏ ਨੇ ਬਿਲਕੁਲ ਉਸੇ ਤਰ੍ਹਾਂ ਪਿੱਚਾਂ ਨੂੰ ਇਕੱਠੇ ਕਰਕੇ ਨੇੜੇ ਲਿਆਉਣਾ ਹੈ। ਹਲਕਾ ਜਿਹਾ ਹੱਥ ਦੇ ਨਾਲ ਸਾਈਡ ਤੋਂ ਕੱਢ ਕੇ ਪੱਗ ਦੀ ਜੋ ਸ਼ੇਪ ਆ ਉਹਨੂੰ ਗਲਾਈ ਦੇ ਦੇਣੀ ਹੈ। ਉਸ ਤੋਂ ਬਾਅਦ ਜੋ ਪੇਚਾਂ ਦੇ ਵਿੱਚ ਬਲ ਨੇ ਬਲਾਂ ਨੂੰ ਵਧਾਉਣ ਦੇ ਲਈ ਹਲਕਾ ਹਲਕਾ ਫੜ ਕੇ ਬਲਾਂ ਨੂੰ ਬਿਲਕੁਲ ਨੇੜੇ ਨੇੜੇ ਕਰ ਦੇਣਾ ਹੈ। ਇਹਦੇ ਨਾਲ ਕੀ ਹੋਵੇਗਾ ਜੋ ਪੱਗ ਦੇ ਵਿੱਚ ਆਪਾਂ ਬਲ ਪਾਏ ਨੇ ਜ਼ਿਆਦਾ ਕਲੀਅਰਟੀ ਨਾਲ ਦਿਖਣਗੇ ਅਤੇ ਪੇਚਾਂ ਦੇ ਜੋ ਬਲ ਪਾਏ ਨੇ ਇਹਨਾਂ ਨੂੰ ਨੇੜੇ ਕਰਨ ਦੇ ਨਾਲ ਜਿਸ ਜਿੱਥੋਂ ਕਿਤੇ ਵੀ ਬਲ ਪੈਣੇ ਰਹਿ ਜਾਂਦੇ ਹਨ ਉਹ ਚੰਗੀ ਤਰ੍ਹਾਂ ਬਲ ਪੈ ਜਾਂਦੇ ਨੇ ਉੱਥੇ। ਉਸ ਤੋਂ ਬਾਅਦ ਲਾਸਟ ਲੜ ਲਗਾਉਣ ਵੇਲੇ ਸੈਂਟਰ ਦੇ ਵਿੱਚ ਪਹਿਲਾਂ ਪੱਗ ਪਿੰਨ ਲਗਾ ਲੈਣਾ ਹੈ। ਉਸ ਤੋਂ ਬਾਅਦ ਲਾਸਟ ਲੜ ਜੋ ਲਗਾਉਣਾ ਹੈ ਲਾਸਟ ਲੜ ਦੇ ਵਿੱਚ ਵੀ ਹਲਕੇ ਹਲਕੇ ਜਿਹੇ ਬਲ ਪਾ ਲੈਣੇ ਨੇ ਜੀ। ਲਾਸਟ ਲੜ ਨੂੰ ਸਾਫ ਵੀ ਲਗਾ ਸਕਦੇ ਹੋ, ਜ਼ਰੂਰੀ ਨਹੀਂ ਜਾ, ਇਹ ਆਪਣੀ ਚੁਆਇਸ ਹੈ। ਜਿੱਥੇ ਪੱਗ ਪਿੰਨ ਲਗਾਇਆ ਸੀ ਉਹਦੇ ਬਿਲਕੁਲ ਥੱਲੇ ਲਿਆ ਕੇ ਹਲਕਾ ਜਿਹਾ ਵਟਾ ਪਾ ਕੇ ਜੋ ਲੜ ਹੈ ਉਸ ਨੂੰ ਮੋੜ ਦੇਣਾ ਹੈ। ਉੱਪਰਲੇ ਪਾਸੇ ਪੱਗ ਪੈਣ ਲਗਾ ਦੇਣੇ ਨੇ ਲੜ ਦੇ ਉੱਪਰ। ਜੋ ਉੱਪਰਲੇ ਪੇਚ ਲਗਾਏ ਹੋਏ ਸੀ ਉਹਨਾਂ ਦੀ ਸਫਾਈ ਕਰਨ ਦੇ ਲਈ ਬਾਜ ਦੀ ਮਦਦ ਲੈ ਸਕਦੇ ਹਾਂ ਜੀ। ਇਕੱਲਾ ਇਕੱਲਾ ਜੋ ਪੇਚ ਹੈ ਉੱਪਰਲੇ ਪਾਸਿਓਂ ਆਪਾਂ ਟਰਨਾਂ ਨੇ ਉੱਪਰਲੇ ਉਹਨਾਂ ਦੇ ਵਿੱਚ ਬਾਜ ਫੇਰ ਕੇ ਜਿਸ ਤਰ੍ਹਾਂ ਵੀਡੀਓ ਦਿਖਾਇਆ ਜਾ ਰਿਹਾ ਹੈ ਉਹਨਾਂ ਦੀ ਸਫਾਈ ਕਰ ਲੈਣੀ ਹੈ। ਉਸ ਤੋਂ ਬਾਅਦ ਜੋ ਸਿਰ ਢੱਕਣਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੜ ਲਗਾਇਆ ਸੀ ਸੈਂਟਰ ਦੇ ਵਿੱਚ ਸਿਰ ਦੇ ਉਹਨੂੰ ਉੱਪਰ ਵੱਲ ਨੂੰ ਖਿੱਚ ਕੇ ਖੋਲ੍ਹ ਕੇ ਸਿਰ ਦੇ ਉੱਪਰ ਵਿਛਾ ਲੈਣਾ ਹੈ।
ਉਸ ਤੋਂ ਬਾਅਦ ਜੋ ਮੂੰਹ ਦੇ ਵਿੱਚ ਲੜ ਫੜਿਆ ਸੀ ਉਹਨੂੰ ਖਿੱਚ ਲੈਣਾ ਹੈ। ਮੂੰਹ ਦੇ ਵਿੱਚ ਜੋ ਲੜ ਫੜੇ ਸੀ ਉਸਨੂੰ ਖਿੱਚ ਕੇ ਜੋ ਉੱਪਰ ਕੱਪੜਾ ਆਪਾਂ ਖੋਲਿਆ ਹੈ ਉਹ ਸੈੱਟ ਹੋ ਜਾਵੇਗਾ। ਉਸ ਤੋਂ ਬਾਅਦ ਬਾਜ ਦੀ ਮਦਦ ਦੇ ਨਾਲ ਸਿਰ ਨੂੰ ਢੱਕ ਦੇਣਾ ਹੈ। ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਸਿਰ ਢੱਕ ਲੈਣਾ ਹੈ। ਜੋ ਮਗਲ ਲੜ ਹੈ ਉਸਨੂੰ ਸਾਫ਼ ਵੀ ਕਰ ਸਕਦੇ ਹੋ ਜਾਂ ਸਿੰਪਲ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਬਲ ਪਾ ਕੇ ਵੀ ਉਹਨੂੰ ਲਗਾ ਸਕਦੇ ਹੋ। ਪਹਿਲਾਂ ਉਹਨੂੰ ਬਿਲਕੁਲ ਸੈਂਟਰ ਦੇ ਵਿੱਚ ਦੱਬ ਦੇਣਾ, ਬਾਕੀ ਜੋ ਲੜ ਰਹਿ ਜਾਂਦਾ ਹੈ ਉਹ ਅੱਗੇ ਵੱਲ ਨੂੰ ਲਿਜਾ ਕੇ ਲਗਾ ਦੇਣਾ ਹੈ। ਬਾਕੀ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ, ਵੀਡੀਓ ਨੂੰ ਸ਼ੇਅਰ ਕਰਿਓ ਅਤੇ ਬਾਕੀ ਆਪਣੇ ਕਮੈਂਟ ਕਰਕੇ ਆਪ ਜੀ ਦੇ ਵਿਚਾਰ ਦਿਓ ਜੀ। ਜਲਦੀ ਨਵੀਓ ਪੱਗ ਦੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ। ਬਾਕੀ ਵੀਰਾਂ ਨੂੰ ਫਿਰ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਫੇਸਬੁੱਕ ਵਟਸਐਪ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।